ਅਸੀਂ ਨਾ ਉੱਥੇ ਇੱਕ ਬੜੀ ਖਾਸ ਵੀਡੀਓ ਬਣਾਉਣ ਜਾ ਰਹੇ ਹਾਂ। ਅਪਾਰਟਮੈਂਟ ਟੂਰ, ਰੈਂਟ ਕਿੰਨਾ ਹੁੰਦਾ, ਬੈਨੀਫਿਟਸ ਕੀ ਕੀ ਹੁੰਦੇ ਆ ਅਪਾਰਟਮੈਂਟ ਦੇ, ਤੇ ਚੈਲੰਜਸ ਕੀ ਕੀ ਹੁੰਦੇ ਆ। ਫੋਰ ਸਿਕਿਉਰਿਟੀ ਪਰਪਸ ਸਾਨੂੰ ਹਰ ਬਿਲਡਿੰਗ ਵਿੱਚ ਟੈਪ ਕਰਨਾ ਪੈਂਦਾ, ਉਹ ਡੋਰ ਖੋਲ ਜਾਣਾ। ਹੁਣ ਇਹ ਸਾਨੂੰ ਫੈਸਿਲਿਟੀ ਮਿਲੀ ਹੋਈ ਸੀ ਫ੍ਰੀ ਆਫ ਕਾਸਟ। ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆ ਇਹਨਾਂ ਨੇ, ਇੱਧਰ ਕਿਚਨ ਏਰੀਆ, ਡਾਇਨਿੰਗ ਏਰੀਆ, ਲਾਈਟਾਂ ਦੇਖੋ ਕਿੰਨੀਆਂ ਜ਼ਬਰਦਸਤ ਲਾਈਆਂ ਹੋਈਆਂ ਇਹਨਾਂ ਨੇ। ਥੋੜ੍ਹਾ ਵਰਡਸ ਨਾਲ ਪਲੇ ਕੀਤਾ ਹੋਇਆ, ਇੱਕ ਜਗ੍ਹਾ ਲਿਖਿਆ ਕਿ ਤੁਸੀਂ 60 ਡੇਜ਼ ਦੇ ਨੋਟਿਸ ਦੇ ਕੇ ਤੁਸੀਂ ਵੀ ਬ੍ਰੇਕ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਟੂ ਆਰ ਯੂਟਿਊਬ ਚੈਨਲ। ਸੰਡੇ ਦੇ ਵੱਜ ਚੁੱਕੇ ਨੇ 6:45 ਤੇ ਅਸੀਂ ਜਾ ਰਹੇ ਹਾਂ ਆਪਣੇ ਅਪਾਰਟਮੈਂਟ ਤੇ। ਅੱਜ ਅਸੀਂ ਨਾ ਉੱਥੇ ਇੱਕ ਬੜੀ ਖਾਸ ਵੀਡੀਓ ਬਣਾਉਣ ਜਾ ਰਹੇ ਹਾਂ, ਅਪਾਰਟਮੈਂਟ ਟੂਰ। ਤੇ ਕਿਉਂ ਕਰਨ ਜਾ ਰਹੇ ਹਾਂ, ਕਿਉਂਕਿ ਇੱਥੇ ਜਿੰਨੇ ਵੀ ਕੈਨੇਡਾ 'ਚ ਹੈ ਉਹਦਾ ਤਾਂ ਦਿਮਾਗ 'ਚ ਕਈ ਕੁਐਸਚਨਸ ਹੁੰਦੇ ਆ ਕਿ ਅਪਾਰਟਮੈਂਟ ਸਾਨੂੰ ਕਿੱਦਾਂ ਲੈਣਾ ਚਾਹੀਦਾ, ਕਿੱਦਾਂ ਦੇ ਹੁੰਦੇ ਇੱਥੇ ਦੇ ਅਪਾਰਟਮੈਂਟ, ਸਪੇਸ਼ੀਅਸ ਹੁੰਦੇ ਆ ਕਿ ਨਹੀਂ ਹੁੰਦੇ ਆ, ਰੈਂਟ ਕਿੰਨਾ ਹੁੰਦਾ, ਬੈਨੀਫਿਟਸ ਕੀ ਕੀ ਹੁੰਦੇ ਆ ਅਪਾਰਟਮੈਂਟ ਦੇ, ਤੇ ਚੈਲੰਜਸ ਕੀ ਕੀ ਹੁੰਦੇ ਉਹਨੂੰ ਲੈਣ ਦੇ। ਕਿਉਂਕਿ ਹਰ ਕਿਸੇ ਦੀ ਆਪੋ ਆਪਣੀ ਰਿਕੁਆਇਰਮੈਂਟ ਹੁੰਦੀ ਆ, ਕਿਸੇ ਨੂੰ ਘਰ ਕੋਈ ਘਰ ਪ੍ਰੈਫਰ ਕਰਦਾ ਹੈ, ਜਿਵੇਂ ਬੇਸਮੈਂਟ ਵਗੈਰਾ ਹੋਣਾ ਪਰ ਬੇਸਮੈਂਟ, ਕਿਸੇ ਨੂੰ ਅਪਾਰਟਮੈਂਟ ਵਗੈਰਾ, ਜਿੱਦਾਂ ਉੱਥੇ ਥੋੜ੍ਹੀ ਪ੍ਰਾਈਵੇਸੀ ਹੁੰਦੀ ਆ। ਆਈ ਥਿੰਕ ਜਿਹੜੇ ਦਿੱਲੀ ਜਾਂ ਮੈਟਰੋ ਸਿਟੀਜ਼ ਬਣ ਜਾਂਦੇ ਆ ਉਹ ਅਪਾਰਟਮੈਂਟ ਪ੍ਰੈਫਰ ਕਰਦੇ ਆ। ਅਤੇ ਇੱਥੋਂ ਤੱਕ ਕਲੀਅਰ ਹੋਊਗਾ ਕਿ ਕਿਹੜਾ ਜ਼ਿਆਦਾ ਬੈਨੀਫਿਸ਼ੀਅਲ ਆ ਅਪਾਰਟਮੈਂਟ ਘਰ ਦੇ ਵਿੱਚ ਰੈਂਟ ਕਰਨਾ। ਕਿਉਂਕਿ ਅਸੀਂ ਵੀ ਜਿੱਦਾਂ ਇੰਡੀਆ 'ਚ ਚੰਡੀਗੜ੍ਹ ਜੋਬ ਕਰਦੇ ਸੀ ਅਤੇ ਅਸੀਂ ਉੱਥੇ ਅਪਾਰਟਮੈਂਟ 'ਚ ਰਹਿੰਦੇ ਹੁੰਦੇ ਸੀ, ਹੈ ਨਾ, ਅਤੇ ਉੱਥੇ ਸਾਡੇ ਦਿਮਾਗ 'ਚ ਸੀਗਾ ਕਿ ਅਪਾਰਟਮੈਂਟ 'ਚ ਅਪਾਰਟਮੈਂਟ ਹੀ ਲੈਣਾ ਚਾਹੀਦਾ ਇੱਥੇ ਵੀ। ਅਤੇ ਪਹਿਲਾਂ ਅਸੀਂ ਜਦੋਂ ਸਟਾਰਟਿੰਗ 'ਚ ਕੈਨੇਡਾ ਆਏ ਸੀ ਉਦੋਂ ਅਸੀਂ ਘਰ ਲਿਆ ਸੀ, ਉਸ ਤੋਂ ਬਾਅਦ ਮੀਨਸ ਉਹ ਥੋੜ੍ਹੀ ਪੁਰਾਣੀ ਪ੍ਰੋਪਰਟੀ ਸੀ ਅਤੇ ਸਾਨੂੰ ਇੰਨੀ ਪਸੰਦ ਨਹੀਂ ਆਈ, ਫਿਰ ਅਸੀਂ ਅਪਾਰਟਮੈਂਟ 'ਚ ਸ਼ਿਫਟ ਕੀਤਾ, ਉਹ ਵੀ ਠੀਕ ਸੀ। ਟੂ ਉਹ ਜਾ ਕੇ ਦੱਸਾਂਗੇ, ਹੈ ਨਾ, ਪੂਰੀ ਇਨਫੋਰਮੇਸ਼ਨ। ਘਰ ਵਧੀਆ ਲੱਗਦਾ, ਘਰ ਦੇ ਵਿੱਚ ਰੈਂਟ ਤੇ ਰਹਿਣਾ ਉਹ ਜ਼ਿਆਦਾ ਵਧੀਆ। ਹਾਂ, ਅਤੇ ਹੁਣ ਅਸੀਂ ਉੱਥੇ ਜਾ ਕੇ ਫਿਰ ਦੱਸਦੇ ਹਾਂ ਕਿ ਕਿੰਨਾ ਰੈਂਟ ਦਿੰਦੇ ਸੀ ਅਸੀਂ, ਕਿੰਨੀਆਂ ਕਿੰਨੇ ਟਾਈਮ ਲਈ ਅਸੀਂ ਲਿਆ ਸੀ, ਲੀਸ ਦਾ ਕੀ ਚੱਕਰ ਸੀ, ਕੀ ਚੱਕਰ ਪਿਆ ਸਾਡੇ ਹੁਣ ਜਿਹੜਾ ਚੱਲ ਰਿਹਾ ਚੱਕਰ, ਕਿਉਂਕਿ ਹੁਣ ਅਸੀਂ ਆਪਣੇ ਘਰ ਸ਼ਿਫਟ ਹੋ ਗਏ ਹਾਂ, ਲੇਕਿਨ ਫਿਰ ਵੀ ਉਹਦੀ ਕੀਸ ਸਾਡੇ ਤੋਂ ਹੀ ਆ ਅਪਾਰਟਮੈਂਟ ਦੀਆਂ ਇਸ ਟਾਈਮ 'ਤੇ। ਇਹ ਕੀ ਸਾਨੂੰ ਚੈਲੇਂਜਸ ਫੇਸ ਕਰਨੇ ਪਏ, ਮਿਲਦੇ ਹਾਂ ਉੱਥੇ ਜਾ ਕੇ ਜਲਦੀ, ਕਿਉਂਕਿ ਹੁਣ ਅਸੀਂ ਕਰਨੀ ਆ ਡਰਾਈਵਿੰਗ, ਅਸੀਂ ਨਹੀਂ ਧਨਿੰਦਰ ਨੇ ਕਰਨੀ ਆ ਡਰਾਈਵਿੰਗ, ਅਤੇ ਉੱਥੇ ਜਾ ਕੇ ਮਿਲਦੇ ਹਾਂ ਬਾਬਾ। ਹਾਂਜੀ ਜੀ, ਅਸੀਂ ਪਹੁੰਚ ਗਏ ਹਾਂ ਆਪਣੇ ਅਪਾਰਟਮੈਂਟ। ਐਕਚੁਅਲੀ ਮੇਨ ਰੋਡ ਤਾਂ ਉੱਧਰ ਆ, ਇਹ ਹੈਗਾ ਸੈਕਿੰਡ ਡੋਰ, ਅਸੀਂ ਸੈਕਿੰਡ ਡੋਰ ਦੀ ਐਂਟਰੀ ਕਰਦੇ ਹਾਂ। ਪਹਿਲਾਂ ਤੁਹਾਨੂੰ ਨੀਚੇ ਦਿਖਾ ਦਿੰਦੇ ਕੀ ਸੀ ਸਾਡੇ, ਕੀ ਫੈਸਿਲਿਟੀਜ਼ ਸੀ, ਫਿਰ ਤੁਹਾਨੂੰ ਅਸੀਂ ਅਪਾਰਟਮੈਂਟ 'ਚ ਲੈ ਕੇ ਚੱਲਾਂਗੇ। ਚਲੀਏ, ਲੈਟਸ ਗੋ। ਟੈਪ, ਫੋਰ ਸਿਕਿਉਰਿਟੀ ਪਰਪਸ ਸਾਨੂੰ ਹਰ ਬਿਲਡਿੰਗ ਵਿੱਚ ਟੈਪ ਕਰਨਾ ਪੈਂਦਾ, ਉਹ ਡੋਰ ਖੁੱਲ ਜਾਣਾ। ਹੁਣ ਇਹ ਸੀਗਾ ਮੀਟਿੰਗ ਰੂਮ, ਇੱਥੇ ਆ ਜਾਓ ਅੰਦਰ। ਓਪਨ ਹੋਇਆ, ਇੱਥੇ ਅਸੀਂ ਮੀਟਿੰਗ ਰੂਮ, ਇਨ ਕੇਸ ਤੁਹਾਡੀ ਕੋਈ ਮੀਟਿੰਗ ਆ, ਆਫਿਸ ਦੀ ਮੀਟਿੰਗ ਆ, ਠੀਕ ਆ, ਉਸ ਤੋਂ ਬਾਅਦ ਕੋਈ ਤੁਸੀਂ ਛੋਟੀ ਮੋਟੀ ਪਾਰਟੀ, ਨਹੀਂ ਪਾਰਟੀ ਨਹੀਂ, ਪਾਰਟੀ ਦਾ ਆਫੀਸ਼ੀਅਲ ਮੀਟਿੰਗ ਟਾਈਪ ਆਫੀਸ਼ੀਅਲ ਮੀਟਿੰਗ ਕਰ ਸਕਦੇ ਸੀ ਇੱਥੇ ਆਪਣੀ, ਬਟ ਮੈਂ ਇੱਥੇ ਦੇਖਿਆ ਬਿਲਡਿੰਗ 'ਚ ਕੋਈ ਪਰਸਨਲ ਕੰਮ ਵੀ ਇੱਥੇ ਕਰਦੇ ਹੁੰਦੇ ਸੀ ਲੋਕ, ਠੀਕ ਆ।
ਬਟ ਇਹ ਬਹੁਤ ਸੋਹਣਾ ਬਣਿਆ ਹੋਇਆ ਮੀਟ ਰੂਮ, ਨਹੀਂ ਬਹੁਤ ਸੋਹਣਾ, ਕਿੰਨਾ ਵੱਡਾ ਕਾਨਫਰੰਸ ਟੇਬਲ ਡਿਸਕਸ਼ਨ ਲਈ ਇੱਧਰ, ਮਤਲਬ ਨਾਈਸ ਆ, ਚੇਅਰਸ ਬਹੁਤ ਸੋਹਣੀਆਂ। ਅਸੀਂ ਆਈ ਥਿੰਕ ਇੱਕ ਵੀਡੀਓ ਵੀ ਬਣਾਈ ਸੀ ਇੱਥੇ, ਮਤਲਬ ਇਹਨਾਂ ਨੇ ਲਿਖਿਆ ਹੋਇਆ 50% ਦੀ ਹੈਗੀ ਆ ਗੈਦਰਿੰਗ, ਅਤੇ ਦੈਟਸ ਗੁੱਡ। ਕੋਈ ਨਹੀਂ ਹੈਗਾ, ਕੋਈ ਨਹੀਂ ਲੈਂਦਾ ਆਪਣੇ ਜਿਮ 'ਚ। ਇਹ ਸਾਨੂੰ ਫੈਸਿਲਿਟੀ ਮਿਲੀ ਹੋਈ ਸੀ ਫਰੀ ਆਫ ਕੋਸਟ, ਅਤੇ ਇੱਥੇ ਤੁਸੀਂ ਟ੍ਰੈਡਮਿਲ ਲੱਗਾ ਹੋਇਆ ਸੀ, ਸਾਈਕਲ ਸੀ, ਡੰਬਲਸ ਪਏ ਸੀਗੇ, ਡਾਂਸ ਕਰ ਲਓ, ਠੀਕ ਆ, ਡੀਸੈਂਟ ਸਾਈਜ਼ ਜਿਮ ਸੀਗਾ। ਅਤੇ ਮਤਲਬ ਮੇਨ ਗੱਲ ਇਹ ਆ ਕਿ ਸਾਰੀਆਂ ਟ੍ਰੈਡਮਿਲਸ ਵਗੈਰਾ ਸਾਰੀਆਂ ਮਸ਼ੀਨਾਂ ਚੱਲਦੀਆਂ ਪ੍ਰੋਪਰ, ਕੋਈ ਦਿੱਕਤ ਵਾਲੀ ਗੱਲ ਨਹੀਂ। $30-$40 ਹੋ ਜਾਂਦੇ ਪਰ ਮੰਥ ਜੇ ਬਾਹਰ ਜਿਮ ਜੁਆਇਨ ਕਰੋ। ਦੈਨ ਐਲੀਵੇਟਰ ਅਪਾਰਟਮੈਂਟ 510 ਅਤੇ ਹੁਣ ਕਰੀਏ ਐਂਟਰੀ। ਐਕਚੁਲੀ ਅਸੀਂ ਇਹਦੀ ਇੱਕ ਦਿਨ ਦੁਬਾਰਾ ਧੋਣਾ, ਅਸੀਂ ਕਲੀਨਿੰਗ ਤਾਂ ਇੱਕ ਵਾਰੀ ਕਰ ਗਏ ਸੀ, ਡੀਪ ਕਲੀਨਿੰਗ ਕਰਕੇ ਹੀ ਦੇਣੀ ਅਸੀਂ ਵਾਪਸ ਉਹਨਾਂ ਨੂੰ। ਖੁੱਲ ਜੂ ਅੱਜ? ਨਹੀਂ ਆ, ਨਹੀਂ ਆਹ ਵੈਲਕਮ ਟੂ ਆਰ ਅਪਾਰਟਮੈਂਟ। ਕਿੱਧਰੋਂ ਸਟਾਰਟ ਕਰਨਾ ਫਿਰ? ਸਟਾਰਟ ਕਰਦੇ ਹਾਂ, ਪਹਿਲਾਂ ਦੱਸ ਦਈਏ ਇਹ ਸੀਗਾ 2-bedroom ਅਪਾਰਟਮੈਂਟ ਅਤੇ ਪਲੱਸ 2 washrooms, ਅਤੇ ਹੁਣ ਦਿਖਾਉਂਦੇ ਹਾਂ। ਇਹ ਸੀ ਸਾਡੀ ਐਂਟਰੈਂਸ, ਅਤੇ ਮੇਨ ਡੋਰ ਬੰਦ ਕਰਨ ਤੋਂ ਰਾਈਟ ਹੈਂਡ ਸਾਈਡ ਸੀ ਕਲੋਜ਼ਟ, ਸਾਡਾ ਸ਼ੋਪਿੰਗ ਬੈਗ ਪਿਆ ਹੈ, ਕਾਫੀ ਸਮਾਨ ਆ ਜਾਂਦਾ ਇੱਥੇ, ਕਾਫੀ ਸਮਾਨ ਦੇਖੋ ਮੈਂ ਵੀ ਅੰਦਰ ਆਇਆ ਨਹੀਂ। ਹਾਂ ਕਾਫੀ ਵੱਡੀ ਆ, ਕਾਫੀ ਵੱਡੀ ਆ, ਪੂਰੀ 560 ਦੀ ਹੈਗੀ ਆ। ਪਲੱਸ ਜੇ ਤੁਸੀਂ ਕੋਈ ਵਾਈਫਾਈ ਵਗੈਰਾ ਲਗਵਾਉਣਾ, ਇਹਨਾਂ ਨੇ ਆਲਰੇਡੀ ਵਾਇਰਿੰਗ ਕੀਤੀ ਹੋਈ ਹੈ, ਬਸ ਇਹਦੇ ਵਿੱਚ ਹੀ ਆਏਗਾ। ਇਹਨੂੰ ਖੋਲ ਕੇ ਦਿਖਾ ਦਿਓ, ਤੁਹਾਨੂੰ ਕੋਈ ਸੈਪਰੇਟ ਵਾਇਰਿੰਗ ਵਾਇਰਿੰਗ ਦਾ ਖਲਾਰਾ ਨਹੀਂ ਹੋਏਗਾ, ਇਹਦੇ ਵਿੱਚ ਹੀ ਬਸ ਮੋਡਮ ਲੱਗ ਜਾਏਗਾ, ਉਹ ਵਧੀਆ। ਓਕੇ ਵਟਸ ਨੈਕਸਟ? ਨੈਕਸਟ ਪਹਿਲਾਂ ਇੱਥੇ ਆਪਾਂ ਲਾਇਆ ਸੀ ਆਫਿਸ ਟੇਬਲ, ਦੈਨ ਇੱਥੇ ਇੱਕ ਸਿੰਗਲ ਬੈਡ ਲਾਇਆ ਹੋਇਆ ਸੀ ਸਾਈਡ ਤੇ, ਲੈਫਟ ਸਾਈਡ ਤੇ ਸਾਡਾ ਥੋੜਾ ਜਿਹਾ ਸਮਾਨ, ਛੁਟਕੂ ਪੁਟਕੂ ਸਮਾਨ ਰਹਿ ਗਿਆ ਇੱਥੇ, ਅੱਜ ਲੈ ਜਾਂਦੇ ਇੱਕ ਦੋ ਆਈਟਮਸ ਹੋਰ। ਹਾਂਜੀ
ਚਲੋ ਆ ਜਾਓ। ਫਸਟ ਰੂਮ ਤੋਂ ਬਾਹਰ ਨਿਕਲਦੇ ਹੀ ਕੋਮਨ ਵਾਸ਼ਰੂਮ ਸੀ, ਮੀਨਸ ਗੈਸਟ ਵਾਸ਼ਰੂਮ ਸੀ, ਔਰ ਡੀਸੈਂਟ ਸਾਈਜ਼ ਦਾ ਵਾਸ਼ਰੂਮ ਸੀ। ਇੱਕ ਵਾਰੀ ਕੈਨੇਡਾ ਦੇ ਹਿਸਾਬ ਨਾਲ ਵੱਡਾ ਹੀ ਸੀ, ਕੈਨੇਡਾ ਦੇ ਹਿਸਾਬ ਨਾਲ ਵੱਡਾ ਸੀ ਵਾਸ਼ਰੂਮ ਤਾਂ। ਇਹ ਸੀ ਸਾਡਾ ਫਸਟ ਵਾਸ਼ਰੂਮ। ਵੈਨਿਟੀ ਲੱਗੀ ਹੋਈ ਆ ਪਲੱਸ ਟੱਬ, ਵਧੀਆ ਕੋਂਬੀਨੇਸ਼ਨ, ਬਲੈਕ ਐਂਡ ਕ੍ਰੀਮ ਦਾ ਕੋਂਬੀਨੇਸ਼ਨ ਲੱਗਾ ਹੋਇਆ, ਡੀਸੈਂਟ ਸਾਈਜ਼ ਵਾਸ਼ਰੂਮ। ਹਾਂ, ਹੁਣ ਰਾਈਟ ਸਾਈਡ 'ਤੇ ਸੀਗਾ ਵਾਸ਼ਰੂਮ, ਹੁਣ ਮਾਸਟਰ ਬੈਡਰੂਮ ਚੱਲਦੇ ਹਾਂ। ਇਹ ਸੀਗਾ ਮਾਸਟਰ ਬੈਡਰੂਮ, ਇਹਦਾ ਸਾਈਜ਼ ਵੱਡਾ ਸੀਗਾ ਅਤੇ ਮਾਸਟਰ ਬੈਡਰੂਮ ਦੇ ਅਟੈਚ ਇੱਕ ਵਾਸ਼ਰੂਮ ਸੀ ਤਰੀਕੇ ਨਾਲ। ਹਾਂ, ਇੱਧਰ ਇਹਨਾਂ ਨੇ ਲੈਫਟ ਸਾਈਡ 'ਤੇ ਸਪੇਸ ਦਿੱਤੀ ਹੋਈ, ਇੱਥੇ ਤੁਸੀਂ ਰੈਕ ਲਾ ਕੇ ਕੱਪੜੇ ਕੁੱਪੜੇ ਰੱਖ ਸਕਦੇ ਹੋ। ਬਾਕੀ ਬਾਥਰੂਮ ਸਾਈਜ਼ ਇਹਦਾ ਦੂਸਰੇ ਨਾਲੋਂ ਵੱਡਾ ਆ। ਸੋ ਵਾਟਸ ਨੈਕਸਟ, ਸਭ ਤੋਂ ਵੱਡਾ ਪਲੱਸ ਪੁਆਇੰਟ, ਕਿਉਂਕਿ ਮੋਸਟਲੀ ਅਪਾਰਟਮੈਂਟਸ ਜਾਂ ਕੌਂਡੋਸ 'ਚ ਕੋਇਨ ਲਾਂਡਰੀ ਸਿਸਟਮ ਹੁੰਦਾ, ਉਹ ਸ਼ੇਅਰਿੰਗ ਵਾਲਾ ਹੁੰਦਾ, ਫਿਰ ਉਹਦੇ ਵਿੱਚ ਅਲਰਜੀ ਹੋਣ ਦਾ ਡਰ ਰਹਿੰਦਾ, ਜਿਹਨਾਂ ਨੂੰ ਸਕਿਨ ਐਲਰਜੀਜ਼ ਵਗੈਰਾ ਹੁੰਦੀਆਂ, ਅਤੇ ਸਾਨੂੰ ਸੀਗਾ ਕਿ ਸੈਪਰੇਟ ਲਾਂਡਰੀ ਹੋਵੇ। ਸੋ ਇਹ ਪਲੱਸ ਪੁਆਇੰਟ ਆ ਕਿ ਜਦੋਂ ਮਰਜ਼ੀ ਤੁਸੀਂ ਆਪਣੇ ਕੱਪੜੇ ਵਾਸ਼ ਕਰ ਸਕਦੇ ਹੋ। ਤੇ ਇਹ ਸੀ ਕਿਚਨ, ਕਿਚਨ 'ਚ ਸਾਨੂੰ ਜੋ ਜੋ ਫੈਸਿਲਿਟੀ ਸੀਗੀਆਂ, ਡਿਸ਼ ਵਾਸ਼ਰ ਮਿਲਿਆ ਸੀਗਾ, ਸਟੋਵ ਮਿਲਿਆ ਸੀ, ਓਵਨ ਮਿਲਿਆ ਸੀ, ਫ੍ਰਿਜ ਮਿਲੀ ਸੀ, ਇੰਕਲੂਡਿਡ ਸੀ ਇਹ ਸਾਰਾ ਕੁਛ। ਤੇ ਆਈਲੈਂਡ ਦੇ ਗੰਦ ਪਿਆ ਹੋਇਆ ਫਿਰ, ਕਿਉਂਕਿ ਡੀਪ ਕਲੀਨਿੰਗ ਪੈਂਡਿੰਗ ਆ, ਅਤੇ ਵਿੱਚ ਵਿੱਚ ਸਾਡਾ ਸਮਾਨ ਵੀ ਪਿਆ, ਇੱਥੇ ਸੈਲੋਟੇਪ ਵੀ ਇੱਥੇ ਪਈ ਆ, ਵਾਟਰ ਬੋਟਲਸ ਪਈਆਂ ਆ, ਬੈਗਸ ਪਏ ਆ, ਇਹ ਵੀ ਐਕਸਟਰਾ ਬੈਗ ਆ, ਇਹ ਲੈ ਕੇ ਜਾਣੇ ਆ, ਉੱਥੇ ਖਤਮ ਆ। ਅਤੇ ਇਹ ਵੀ ਅਸੀਂ ਸਾਰਾ ਕੁਛ ਚੱਕ ਕੇ ਚੱਕਣਾ ਉੱਧਰ ਦੇ, ਆ ਵਾਟਰ ਬੋਟਲਸ ਵੀ ਪਈਆਂ ਹੋਈਆਂ ਹਜੇ ਤੱਕ, ਉਹ ਬਾਅਦ 'ਚ ਇਹਨੇ ਇਹ ਸੀਗੀ ਸਾਡੀ ਪੀਜ਼ ਅੰਦਰੋਂ ਇੰਟਰਨਲ ਹੈਗੇ, ਕਾਫੀ ਸੀ ਵਧੀਆ ਸੀ, ਕਾਫੀ ਐਕਸਟਰਾ ਸਪੇਸ ਹੈਗੀ ਆ ਮਤਲਬ। ਫਿਰ ਇਹ ਸੀ ਕਾਫੀ ਵੱਡੀ ਕਵਰ, ਪਲੱਸ ਆਈਲੈਂਡ 'ਚ ਕਿਚਨ ਕਾਫੀ ਸਹੀ ਆ, ਅਦਰਵਾਈਜ਼ ਬਹੁਤ ਛੋਟੀ ਛੋਟੀ ਕਿਚਨ ਬਣਾ ਲਈ। ਕਾਫੀ ਅਪਾਰਟਮੈਂਟਸ ਦੇਖੇ ਸੀਗੇ ਬਟ ਪਸੰਦ ਸਾਨੂੰ ਲਾਸਟ ਤੇ ਇਹੀ ਆਇਆ। ਪਹਿਲਾਂ ਅਸੀਂ 1 ਬੈਡਰੂਮ 1 ਡੈਨ ਅਪਾਰਟਮੈਂਟ ਲਿਆ ਸੀ, ਬਟ ਫਿਰ ਸਾਡੇ ਦਿਮਾਗ 'ਚ ਸੀਗਾ ਕਿ ਜਦੋਂ ਮੰਮੀ ਪਾਪਾ ਆਏ ਉਸ ਹਿਸਾਬ ਨਾਲ 1 ਅਪਾਰਟਮੈਂਟ 1 ਰੂਮ ਅਤੇ 1 ਡੈਨ ਛੋਟੇ ਪੈਂਦੇ ਸੀ ਪਾਪਾ ਮੰਮੀ ਦੇ ਹਿਸਾਬ ਨਾਲ। ਫਿਰ ਅਸੀਂ ਸਵਿੱਚ ਕੀਤਾ 2 ਬੈਡਰੂਮ 'ਤੇ, 2 ਬੈਡਰੂਮ 'ਤੇ ਸਵਿੱਚ ਕਰਨ ਤੋਂ ਬਾਅਦ ਫਿਰ ਪ੍ਰੋਗਰਾਮ ਦੂਜਾ ਬਣ ਗਿਆ ਹੈ ਨਾ। ਚਲੋ ਗੱਲ ਕਰਦੇ ਹਾਂ ਇੱਥੇ ਦੀ ਫਿਲਹਾਲ। ਇੱਧਰ ਸੀ ਸਾਡਾ ਲਿਵਿੰਗ ਏਰੀਆ, ਇਹ ਸੀ ਲਿਵਿੰਗ ਏਰੀਆ, ਇੱਥੇ ਸਾਡਾ ਹੁੰਦਾ ਸੀ ਟੀਵੀ, ਅਤੇ ਸੋਫਾ
ਸਾਡਾ ਫੇਵਰਟ ਸਪੋਟ ਇੱਥੇ ਹੁੰਦਾ ਸੀ, ਇੱਥੇ ਅਸੀਂ ਕੋਨੇ 'ਚ ਰਿਕਲਾਈਨਰ ਲਾਇਆ ਸੀ ਅਤੇ ਇੱਥੇ ਮੋਰਨਿੰਗ ਦੇ ਵਿੱਚ ਬਾਹਰਲਾ ਵਿਊ ਬੜਾ ਵਧੀਆ ਆਉਂਦਾ ਸੀ, ਜਿਹੜੀ ਕਿ ਸੀਟ ਮੈਨੂੰ ਕਦੇ ਮਿਲਦੀ ਨਹੀਂ ਸੀ। ਹਾਂ ਇੱਥੇ ਬਹੁਤ ਵਧੀਆ ਵਿਊ ਆਉਂਦਾ, ਸਾਰੀ ਚਹਿਲ ਪਹਿਲ ਦਿਖਦੀ ਬਾਹਰ। ਹਾਂ ਦੇਖੋ ਨੈਕਸਟ ਆ ਜਾਂਦੀ ਆਪਣੀ ਬਾਲਕਨੀ, ਬਾਲਕਨੀ ਦਾ ਵੀ ਟੂਰ ਹੋ ਜਾਵੇ। ਕਾਫੀ ਵੀਡੀਓ ਦੀ ਸਟਾਰਟਿੰਗ ਇੱਥੇ ਹੋਈ ਆ, ਲੱਗੀ ਸਾਡੀ ਟੀਮ ਸੀ ਇੱਥੇ, ਅਸੀਂ ਟੀਮ ਆਰਡਰ ਕਰੀਦਾ ਹੁੰਦਾ ਸੀ, ਵਨ ਕਾਫੀ ਵਨ ਟੀ। ਹਾਂ ਥੱਲੇ ਬਾਲਟੀ ਚ ਆ ਜਾਂਦਾ ਜਾਂ ਜਿੱਦਾਂ ਦਿੱਲੀ ਸਾਈਡ ਆਉਂਦਾ। ਚਲੋ ਚਲੋ ਇੱਥੇ ਆ, ਬਾਲਕਨੀ ਦਾ ਡੀਸੈਂਟ ਸਾਈਜ਼ ਹੈਗਾ, ਆਰਾਮ ਨਾਲ ਇੱਥੇ ਤੁਹਾਡਾ ਪੈਟੀਓ ਸੈੱਟ ਲੱਗ ਜਾਂਦਾ। ਉਹ ਸੀਗਾ ਸਾਡਾ ਘਰ ਦਾ ਹੋਮ ਟੂਰ, ਅਤੇ ਉਹਦੀਆਂ ਥੋੜ੍ਹੀਆਂ ਡਿਟੇਲਸ ਦਿੰਦੇ ਹਾਂ ਬਾਅਦ ਵਿੱਚ। ਅਤੇ ਹੁਣ ਅਸੀਂ ਆਏ ਹਾਂ ਪੈਂਟ ਹਾਊਸ ਵਿੱਚ, ਟੋਪ ਫਲੋਰ, ਇੰਡੀਆ ਦੇ ਹਿਸਾਬ ਨਾਲ ਟੋਪ ਫਲੋਰ, ਇੱਥੇ ਦੇ ਹਿਸਾਬ ਨਾਲ ਪੈਂਟ ਹਾਊਸ। ਅਤੇ ਇਹ ਸੀਗਾ ਮੇਨ, ਇਹ ਹੁੰਦਾ ਸੀ ਸਾਡਾ ਮੇਨ ਸੈਕਸ਼ਨ ਪਾਰਟੀਸ ਲਈ, ਜੇ ਫੈਮਿਲੀ ਗੈਟ ਟੂਗੈਦਰ ਕਰਨੀ ਤੁਸੀਂ ਬਰਥਡੇ ਪਾਰਟੀਜ਼ ਕਰਨੀਆਂ, ਹੋਰ ਪਾਰਟੀ ਕਰਨੀ, ਅਤੇ ਇਹਨਾਂ ਨੇ ਏਰੀਆ ਬਣਾਇਆ ਹੋਇਆ ਸੀ ਜਿੱਥੇ ਕਾਫੀ ਐਕਸਪੈਸਿਟੀਆਂ ਰਹਿੰਦੀਆਂ ਸੀ, ਮੈਕਸੀਮਮ ਆਕਿਊਪੈਂਸੀ 60 ਪੀਪਲ, ਬਟ ਜ਼ਿਆਦਾ ਵੀ ਆ ਸਕਦੇ ਆ। ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆ ਇਹਨਾਂ ਨੇ, ਇੱਧਰ ਕਿਚਨ ਏਰੀਆ, ਡਾਇਨਿੰਗ ਏਰੀਆ, ਲਾਈਟਾਂ ਦੇਖੋ ਕਿੰਨੀਆਂ ਜ਼ਬਰਦਸਤ ਲਾਈਆਂ ਹੋਈਆਂ ਇਹਨਾਂ ਨੇ। ਦੈਨ ਇੱਧਰ ਡਿਫਰੈਂਟ ਟਾਈਪ ਆਫ ਸਿਟਿੰਗ ਅਰੇਂਜਮੈਂਟ, ਬੜਾ ਕਲਾਸੀ ਲੱਗਦਾ। ਮੋਸਟਲੀ ਇਹ ਵੈਸੇ ਬੁੱਕ ਹੀ ਰਹਿੰਦਾ ਹੁੰਦਾ, ਮੇਲ ਆਈ ਹੁੰਦੀ ਆ ਕਿ ਇਸ ਸੈਟਰਡੇ ਵੀ ਬੁੱਕ ਆ, ਇਸ ਸੰਡੇ ਬੁੱਕ ਆ। ਅਤੇ ਅਸੀਂ ਆਲਰੇਡੀ ਦਿਖਾ ਚੁੱਕੇ ਤੁਹਾਨੂੰ ਆਪਣਾ ਹੋਮ ਟੂਰ, ਅਤੇ ਹੁਣ ਅਸੀਂ ਇੱਕ ਦਿਨ ਡੀਪ ਕਲੀਨਿੰਗ ਕਰਨ ਆਉਣਾ ਉਹਦੀ, ਕਿਉਂਕਿ ਵਾਪਸ ਕਰਨ ਤੋਂ ਪਹਿਲਾਂ ਕਲੀਨਿੰਗ ਬਣਦੀ ਆ। ਇੱਕ ਵਾਰੀ ਕਲੀਨਿੰਗ ਕੀਤੀ ਸੀ ਅਸੀਂ, ਕਿਉਂਕਿ ਸਮਾਨ ਜਦੋਂ ਮੂਵ ਕੀਤਾ ਅਸੀਂ ਤਾਂ ਗੰਦ ਤਾਂ ਪੈਂਦਾ ਹੀ ਆ ਓਬਵੀਅਸਲੀ। ਅਤੇ ਹੁਣ ਗੱਲ ਕਰਦੇ ਹਾਂ ਕਿ ਰੈਂਟ ਕਿੰਨਾ ਸੀ, ਅਤੇ ਅਸੀਂ ਰੈਂਟ ਦੇਈਦਾ ਸੀ ਉਸ ਅਪਾਰਟਮੈਂਟ ਦਾ $2,500 ਪਰ ਮੰਥ ਐਕਸਕਲੂਡਿੰਗ ਯੂਟੀਲਿਟੀਜ਼। ਐਕਚੁਲੀ ਇਹਦੇ ਵਿੱਚ ਸੀਗਾ ਕਿ 2480 ਸੀਗਾ ਅਪਾਰਟਮੈਂਟ ਦਾ ਰੈਂਟ, ਪਲੱਸ ਪਾਰਕਿੰਗ ਫੀਸ ਸੀਗੀ ਮੰਥਲੀ 75, ਸੋ ਕੁੱਲ ਮਿਲਾ ਕੇ ਆਈ ਥਿੰਕ 2555 ਬਣਦੇ ਸੀ। ਹਾਂ $2,555 ਪਰ ਮੰਥ, ਅਤੇ ਐਕਸਕਲੂਡਿੰਗ ਯੂਟੀਲਿਟੀਜ਼, ਪਾਣੀ ਦਾ ਬਿੱਲ ਅਲੱਗ ਹੁੰਦਾ ਸੀ, ਇਲੈਕਟ੍ਰੀਸਿਟੀ ਬਿੱਲ ਅਲੱਗ ਸੀਗਾ, ਆਲਮੋਸਟ ਜੇ ਲਗਾ ਲਓ 2700-2800 ਬਣ ਜਾਂਦਾ ਸੀ। ਹਾਂ 150-150 ਫਿਰ ਪਲੱਸ ਇੱਥੇ ਇਹਨਾਂ ਦਾ ਇਹ ਵੀ ਸੀਗਾ ਕਿ ਜੇ ਤੁਸੀਂ ਇੱਥੇ ਰਹਿਣਾ ਤਾਂ ਤੁਹਾਨੂੰ ਟੈਨੈਂਟ ਇੰਸ਼ੋਰੈਂਸ ਕਰਾਉਣੀ ਪੈਂਦੀ ਸੀ, ਉਹ ਮੈਂਡੇਟਰੀ, ਉਹਦੇ ਵੀ ਫਿਰ ਮੰਥਲੀ ਚਾਰਜਿਸ ਐਡ ਹੋ ਜਾਂਦੇ ਆ, ਤਾਂ ਕੁੱਲ ਮਿਲਾ ਕੇ ਉਹੀ 2700-2800 ਰੈਂਟ ਹੋ ਜਾਂਦਾ ਸੀ। ਠੀਕ ਆ, ਮਤਲਬ ਕਿ ਦੋਨੋਂ ਬੰਦੇ ਵਰਕਿੰਗ ਆ ਅਤੇ ਅੱਧੀ ਸੈਲਰੀ ਤਾਂ ਤੁਹਾਡੀ ਜਾਂਦੀ ਰੈਂਟ 'ਚ ਹੀ। ਠੀਕ ਆ, ਅਤੇ ਇਹ ਸੀਗਾ ਰੈਂਟ ਸਾਡਾ ਇੱਥੇ। ਫੈਸਿਲਿਟੀਜ਼ ਤੁਹਾਨੂੰ ਦੱਸਿਆ, ਸਾਨੂੰ ਜਿਮ ਫ੍ਰੀ ਸੀਗਾ, ਕਈਆਂ ਵਿੱਚ ਤਾਂ ਪੂਲ ਵੀ ਮਿਲਦਾ ਹੁੰਦਾ ਅਪਾਰਟਮੈਂਟਸ ਵਿੱਚ, ਇੱਥੇ ਸਵੀਮਿੰਗ ਪੂਲ ਨਹੀਂ ਸੀ। ਠੀਕ ਆ, ਉਹ ਤੋਂ ਬਾਅਦ ਆਹ ਤੁਸੀਂ ਬੁਕਿੰਗ ਕਰਵਾ ਸਕਦੇ ਹਾਂ ਪਾਰਟੀ, ਜੇ ਤੁਸੀਂ ਗੈਟ ਟੂਗੈਦਰ ਕਰਨੀ ਕੋਈ ਬੁਕਿੰਗ ਕਰਵਾ ਸਕਦੇ ਹਾਂ, ਇਹ ਫੈਸਿਲਿਟੀ ਹੋ ਗਈ। ਲੀਜ਼ ਸਾਡੀ 1 ਸਾਲ ਦੀ ਸੀ ਇਸ ਇੱਥੇ, ਅਤੇ ਹੁਣ ਲੀਜ਼ ਦਾ ਵੀ ਚੈਲੇਂਜ ਦੱਸਦੇ ਤੁਹਾਨੂੰ ਕੀ ਆਇਆ, ਅਤੇ ਹੁਣ ਤੁਹਾਨੂੰ ਲੀਜ਼ ਦਾ ਥੋੜ੍ਹਾ ਐਕਸਪਲੇਨ ਕਰੋਗੇ ਧਰਮਿੰਦਰ, ਕਿਉਂਕਿ ਕੁੜੀਆਂ ਦਾ ਦਿਮਾਗ ਥੋੜ੍ਹਾ ਟੈਕਨੀਕਲੀ
ਸਾਡੀ ਲੀਜ਼ ਨਾ ਇੱਕ ਸਾਲ ਦੀ ਸੀ ਤੇ ਉਹ ਤੋਂ ਪਹਿਲਾਂ ਸਾਡਾ ਘਰ ਦਾ ਪ੍ਰੋਗਰਾਮ ਬਣ ਗਿਆ ਠੀਕ ਆ ਬੇਸਿਕਲੀ ਅਸੀਂ ਉਹਨੂੰ ਪ੍ਰੋਪਰ ਲਾਈਨ ਵੀ ਨਹੀਂ ਕਰ ਸਕਦੇ ਸੀ ਨਾ ਕਿਉਂਕਿ ਜੇ ਆਪਾਂ ਘਰ ਆਪਾਂ ਨੂੰ ਪਤਾ ਥੋੜੀ ਸੀ ਕਦੋਂ ਮਿਲਣਾ ਕਦੋਂ ਨਹੀਂ ਮਿਲਣਾ ਤਾਂ ਅਸੀਂ ਹੋਮ ਹੰਟ ਆਪਣੀ ਪਹਿਲਾਂ ਹੀ ਸ਼ੁਰੂ ਕਰਤੀ ਸੀਗੀ ਬਟ ਸਾਨੂੰ ਫਿਰ ਵੀ ਟਾਈਮ ਲੱਗਾ 2-3 ਮਹੀਨੇ ਲੱਗੇ ਲੱਭਣ ਨੂੰ ਰਿਜੈਕਸ਼ਨਸ ਆਉਂਦੀਆਂ ਰਹੀਆਂ ਆਉਂਦੀਆਂ ਰਹੀਆਂ ਬਟ ਕਲੋਜ਼ਿੰਗ ਉਹਦੀ ਇਹਦੀ ਲੀਜ਼ ਤੋਂ ਪਹਿਲਾਂ ਆ ਗਈ 3 ਮੰਥਸ ਇਹਦੀ ਲੀਜ਼ ਸਾਡੀ ਓਵਰ ਹੋਣੀ ਆ ਅਗਸਤ ਵਿੱਚ ਸਤੰਬਰ ਚ ਐਕਚੁਅਲੀ ਇਹਨਾਂ ਨੇ ਨਾ ਜੇ ਮੈਂ ਇਹਨਾਂ ਦੇ ਲੀਜ਼ ਡਾਕੂਮੈਂਟਸ ਪੜ੍ਹੇ ਸੀ ਇਹਨਾਂ ਨੇ ਥੋੜਾ ਵਰਡਸ ਨਾਲ ਪਲੇ ਕੀਤਾ ਹੋਇਆ ਇੱਕ ਜਗ੍ਹਾ ਲਿਖਿਆ ਕਿ ਤੁਸੀਂ 60 ਡੇਜ਼ ਦੇ ਨੋਟਿਸ ਦੇ ਕੇ ਤੁਸੀਂ ਬ੍ਰੇਕ ਕਰ ਸਕਦੇ ਆ ਬਟ ਉਹਦਾ ਹੀ ਨੈਕਸਟ ਜਿਹੜਾ ਸੈਕਸ਼ਨ ਬਣਾਇਆ ਉਹਦੇ ਵਿੱਚ ਉਹਨਾਂ ਨੇ ਕੁਛ ਉਹਨੂੰ ਹੀ ਪਲੇ ਅਰਾਊਂਡ ਜਿਹਾ ਕੀਤਾ ਕਿ ਹਾਂ ਵੀ ਮਤਲਬ ਇੱਦਾਂ 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 ਤਾਂ ਮਤਲਬ ਜੇ ਜ਼ਿਆਦਾ ਬੰਦਾ ਟੈਕਨੀਕਲ ਨਹੀਂ ਹੈਗਾ ਜਾਂ ਕਹਿ ਲਓ ਜਿਹੜਾ ਇਹਨਾਂ ਦੀਆਂ ਲੀਗਲ ਟਰਮਸ ਨੂੰ ਨਹੀਂ ਸਮਝਦਾ ਤਾਂ ਉਹ ਆਹੀ ਸਮਝੇਗਾ ਕਿ ਵੀ ਮੈਂ 60 ਡੇਜ਼ ਦਾ ਨੋਟਿਸ ਦੇ ਕੇ ਮੈਂ ਲੀਜ਼ ਬ੍ਰੇਕ ਕਰ ਸਕਦਾ ਬਟ ਜੋ ਕਿ ਇੱਦਾਂ ਸੀਗਾ ਨਹੀਂ ਫਿਰ ਅਸੀਂ ਆਲਟਰਨੇਟਿਵ ਆਪਸ਼ਨਸ ਪੁੱਛੀਆਂ ਕੀ ਹੋ ਸਕਦੀਆਂ ਕਹਿੰਦੇ ਜਾਂ ਤਾਂ ਤੁਸੀਂ ਸਬਲੈਟ ਕਰ ਲਓ ਜਾਂ ਤੁਸੀਂ ਸਬ ਲੀਜ਼ ਕਰ ਲਓ ਦੈਨ ਫਿਰ ਅਸੀਂ ਉਹਦੇ ਹਿਸਾਬ ਨਾਲ ਵੀ ਸੋਚਿਆ ਬਟ ਅਗੇਨ ਉਹਦੇ ਵਿੱਚ ਇਹਨਾਂ ਨੇ ਕਲੋਜ਼ ਇਹ ਲਾ ਦਿੱਤਾ ਕਿ ਵੀ ਜੇ ਤੁਸੀਂ ਸਬਲੈਟ ਜਾਂ ਸਬ ਲੀਜ਼ ਕਰਨੀ ਹੈ ਤਾਂ ਤੁਹਾਨੂੰ ਸਾਡੇ ਥਰੂ ਹੋਣਾ ਪੈਣਾ ਤੁਸੀਂ ਆਪਣੇ ਬੇਸ 'ਤੇ ਨਹੀਂ ਕਿਸੇ ਨੂੰ ਵੀ ਰੱਖ ਸਕਦੇ ਉਹ ਇੱਕ ਫਿਰ ਅਗੇਨ ਵੱਡਾ ਚੈਲੰਜ ਇਹਨਾਂ ਨੇ ਉਹਦੀ ਬੈਕਗ੍ਰਾਉਂਡ ਹਿਸਟਰੀ ਚੈੱਕ ਕਰਨੀ ਸੀ ਕ੍ਰੈਡਿਟ ਸਕੋਰ ਸੈਲਰੀ ਬਹੁਤ ਲੰਬਾ ਚੱਕਰ ਸੀ ਮੋਰਲ ਆਫ ਦਾ ਸਟੋਰੀ ਇਹ ਹੈ ਕਿ ਇਹਨਾਂ ਨੇ ਸਾਨੂੰ ਨਾ ਉਹ ਰੈਂਟ 'ਤੇ ਚੜ੍ਹਨ ਦਿੱਤਾ ਨਾ ਸਾਡੀ ਲੀਜ਼ ਬ੍ਰੇਕ ਕਰਨ ਦਿੱਤੀ ਨਹੀਂ ਆਪਾਂ ਨੂੰ 2 ਟੈਨੈਂਟਸ ਮਿਲੇ ਸੀਗੇ ਸਬ ਲੈਟ ਜਿਹੜਾ ਸਬ ਇਹਨਾਂ ਨੇ ਉਹਨਾਂ ਨੂੰ ਸਿਲੈਕਟ ਨਹੀਂ ਕੀਤਾ ਇਹ ਹੈ ਮੋਰਲ ਆਫ ਦਾ ਸਟੋਰੀ ਇੱਕ ਵਾਰੀ ਸਿਲੈਕਟ ਨਹੀਂ ਕੀਤਾ ਤੇ ਦੂਸਰੀ ਵਾਰ ਈਮੇਲ ਤੇ ਰਿਪਲਾਈ ਨਹੀਂ ਲੇਟ ਕੀਤਾ ਕਿ ਬੰਦੇ ਨੇ ਕੋਈ ਹੋਰ ਹੀ ਅਪਾਰਟਮੈਂਟ ਵਗੈਰਾ ਬੁੱਕ ਕਰ ਲਿਆ ਹੁਣ ਮੁੱਦਾ ਮੈਂ ਤੁਹਾਨੂੰ ਸਮਝਾਉਂਦੀ ਹਾਂ ਹੋਇਆ ਕਿ ਲੀਜ਼ ਦਾ ਠੀਕ ਆ ਸਾਡੀ ਲੀਜ਼ ਬ੍ਰੇਕ ਨਹੀਂ ਹੋਈ ਅਤੇ ਜਿਹੜਾ ਸਾਡੇ ਲਈ ਬਹੁਤ ਵੱਡਾ ਚੈਲੰਜ ਬਣ ਗਿਆ ਕਿ ਇੱਧਰ ਸਾਨੂੰ 3 ਮੰਥਸ ਦਾ ਰੈਂਟ ਐਕਸਟਰਾ ਦੇਣਾ ਪੈ ਰਿਹਾ ਕਿਉਂਕਿ ਉੱਧਰ ਮੋਰਗੇਜ ਵੀ ਜਾ ਰਹੀ ਆ ਇੱਧਰ ਰੈਂਟ ਵੀ ਜਾ ਰਿਹਾ ਅਤੇ ਮੋਰਗੇਜ ਪਲੱਸ ਰੈਂਟ ਮਿਲਾ ਕੇ ਸਾਰੀਆਂ ਸੈਲਰੀਜ਼ ਤੁਹਾਨੂੰ ਲੀਜ਼ ਬ੍ਰੇਕ ਕਰਨੀ ਪੈਂਦੀ ਆ ਤਾਂ ਤੁਹਾਨੂੰ ਕੀ ਕੀ ਚੀਜ਼ਾਂ ਧਿਆਨ ਚ ਰੱਖਣੀਆਂ ਤਾਂ ਤੁਸੀਂ ਕਿੱਦਾਂ ਬ੍ਰੇਕ ਕਰ ਸਕਦੇ ਹੋ ਮਤਲਬ ਮੇਨ ਚੀਜ਼ ਇਹ ਆ ਪਤਾ ਹੋਣਾ ਚਾਹੀਦਾ ਕਿ ਤੁਸੀਂ ਲੀਜ਼ ਬ੍ਰੇਕ ਕਿੱਦਾਂ ਕਰਨੀ ਆ ਜੇ ਮਤਲਬ ਕੁਛ ਨਹੀਂ ਹੁੰਦਾ ਤਾਂ ਤੁਹਾਨੂੰ ਲੀਜ਼ ਜਿੰਨੀ ਦੇਰ ਤੱਕ ਤੁਹਾਡੀ ਲੀਜ਼ ਹੈ ਤੁਹਾਨੂੰ ਰੈਂਟ ਪੇ ਕਰਨਾ ਪੈਣਾ ਚਾਹੇ ਤੁਸੀਂ ਰਹੋ ਜਾਂ ਨਾ ਰਹੋ ਨਾ ਰਹੋ ਜਿੱਦਾਂ ਸਾਡੇ ਨਾਲ ਹੋ ਰਿਹਾ ਅਸੀਂ ਨਹੀਂ ਰਹਿ ਰਹੇ ਬਟ ਅਸੀਂ ਰੈਂਟ ਦੇ ਰਹੇ ਹਾਂ ਇਸ ਕਰਕੇ ਜਦੋਂ ਅਸੀਂ ਕਹਿੰਦੇ ਰਹਿੰਦੇ ਨਾ ਅਪਾਰਟਮੈਂਟ ਚੱਲੇ ਕੀਜ਼ ਸਾਡੇ ਤੋਂ ਹੀ ਆ ਸਤੰਬਰ ਤੱਕ ਕੀਜ਼ ਸਾਡੇ ਤੋਂ ਹੀ ਆ ਅਸੀਂ ਉੱਥੇ ਦੇ ਓਨਰ ਹੈਗੇ ਹਾਂ ਓਨਰ ਤਾਂ ਨਹੀਂ ਕਹਿ ਸਕਦੇ ਟੈਨੈਂਟਸ ਹੈਗੇ ਹਾਂ ਅਸੀਂ ਉੱਥੇ ਦੇ ਅਤੇ ਇਸ ਕਰਕੇ ਅਸੀਂ ਅੱਜ ਵੀ ਅਪਾਰਟਮੈਂਟ ਆਏ ਸੀਗੇ ਹੋਮ ਟੂਅਰ ਬਣਾਉਣ ਕਿਉਂਕਿ ਖਾਲੀ ਆ ਅਤੇ ਇਹ ਤੋਂ ਅੱਛਾ ਮੌਕਾ ਹੋਰ ਕੀ ਹੋ ਸਕਦਾ ਸ਼ੂਟ ਕਰਨ ਦਾ ਹੈ ਨਾ ਜਦੋਂ ਭਰਿਆ ਹੁੰਦਾ ਉਦੋਂ ਤਾਂ ਫਿਰ ਸ਼ੂਟ ਕਰਨਾ ਔਖਾ ਹੋ ਜਾਂਦਾ ਅਤੇ ਬਸ ਹੁਣ ਦੱਸਿਓ ਤੁਹਾਨੂੰ ਇਹ ਸਾਰੀ ਡਿਟੇਲਸ ਕਿੱਦਾਂ ਦੀਆਂ ਲੱਗੀਆਂ ਅੱਛੀਆਂ ਲੱਗੀਆਂ ਕੋਈ ਕੁਐਸਚਨ ਹੋਏਗਾ ਪੁੱਛ ਲਿਓ ਕਮੈਂਟ ਕਰਕੇ ਬਾਕੀ ਹੁਣ ਮਿਲਦੇ ਹਾਂ ਜਲਦੀ ਨੈਕਸਟ ਵੀਡੀਓ ਵਿੱਚ ਮੰਮੀ ਪਾਪਾ ਨਾਲ ਕੋਈ ਵੀਡੀਓ ਬਣਾਉਂਦੇ ਜਲਦੀ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਟੇ ਟਿਊਨ ਬਾਏ ਬਾਏ ਇੱਕ ਮਿੰਟ ਤੁਹਾਨੂੰ ਬਾਹਰਲਾ ਵਿਊ ਦਿਖਾਉਂਦਾ ਇੱਥੇ ਬਾਹਰ ਇਹਨਾਂ ਨੇ ਬਾਰਬੀਕਿਊ ਪਾਰਟੀਜ਼ ਲਈ ਕੀਤਾ ਹੁੰਦਾ ਨਾ ਅਰੇਂਜ ਜਦੋਂ ਵੀ ਕੋਈ ਪਾਰਟੀ ਉਹ ਆਪਾਂ ਦਿਖਾਉਂਦੇ ਤੁਹਾਨੂੰ ਚਲੋ ਫਿਰ ਚਲੋ ਚਲੀਏ ਇਹ ਹੈਗਾ ਇੱਥੋਂ ਬਾਹਰਲਾ ਵਿਊ
ਜਦੋਂ ਤੁਸੀਂ ਕੋਈ ਗੈਟ ਟੂਗੈਦਰ ਕਰਨੀ ਹੈ, ਕੋਈ ਬੁੱਕ ਕਰਨਾ ਆਪਣਾ ਪ੍ਰੋਗਰਾਮ, ਤਾਂ ਇੱਥੇ ਤੁਸੀਂ ਕਰ ਸਕਦੇ ਹੋ। ਦੇਖੋ ਕਿੰਨੀ ਵਧੀਆ ਇਹਨਾਂ ਨੇ ਸਿਟਿੰਗ ਅਰੇਂਜਮੈਂਟ ਬਣਾਇਆ ਹੋਇਆ, ਸਪੈਸ਼ਲੀ ਸਮਰ 'ਚ ਇਹ ਬਹੁਤ ਵਧੀਆ ਲੱਗਦਾ। ਇੱਥੇ ਸੋਫੇ ਵੀ ਲਾਏ ਹੋਏ ਆ, ਸੈਕਸ਼ਨਲ ਸੋਫਾ, ਕਾਊਚਿਸ, ਪੈਟੀਓ, ਸਾਰਾ ਕੁਛ। ਇੱਧਰ ਆ ਬਾਰਬੀਕਿਊ ਟਕੇ ਪਏ ਆ, ਤਾਂ ਕੁੱਲ ਮਿਲਾ ਕੇ ਵਧੀਆ ਮਾਹੌਲ ਬਣ ਜਾਂਦਾ ਜੇ ਤੁਸੀਂ ਕੋਈ ਫੰਕਸ਼ਨ ਕਰਨਾ ਛੋਟਾ ਮੋਟਾ, ਬਰਥਡੇ ਪਾਰਟੀ, ਕੋਈ ਉੱਦਾਂ ਗੈਟ ਟੂਗੈਦਰ ਕਰਨੀ, ਦਿਵਾਲੀ ਵਗੈਰਾ 'ਤੇ। ਆ ਸਨਬਾਥ ਵਾਲੇ ਪਏ ਮੈਨੂੰ ਲੱਗਦਾ ਸਨਬਾਥ ਲੈਣ ਲਈ। ਸੋ ਇਹ ਓਵਰਆਲ ਵਿਊ ਆ ਇੱਥੋਂ ਪੈਂਟ ਹਾਊਸ ਤੋਂ, ਕਿੰਨਾ ਸੋਹਣਾ ਲੱਗ ਰਿਹਾ, ਗ੍ਰੀਨਰੀ ਗ੍ਰੀਨਰੀ, ਵਾਓ। ਅਤੇ ਹੁਣ ਆਪਾਂ ਚੱਲਦੇ ਹਾਂ ਵਾਪਸ। ਆਈ ਥਿੰਕ ਇਹੀ ਸਾਰਾ ਕੁਛ ਸੀਗਾ ਇਸ ਵੀਡੀਓ ਲਈ, ਅਤੇ ਹੁਣ ਮੈਂ ਬਾਹਰਲਾ ਸਾਰਾ ਦਿਖਾ ਕੇ ਆ ਗਿਆ, ਅਤੇ ਹੁਣ ਆਪਾਂ ਚੱਲੀਏ ਫਿਰ। ਚਲੋ ਫਿਰ, ਲੈਟਸ ਗੋ।